ਹੈਲੋ ਜੀ ਸਾਰਿਆਂ ਨੂੰ ਜੀ, ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ। ਕੌਰ ਸੰਧੂ ਬਲੌਗ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ, ਅਸੀਂ ਵੀ ਠੀਕ ਠਾਕ ਹਾਂ ਜੀ। ਲਓ ਜੀ, ਅੱਜ ਡੇਟ ਹੈਗੀ ਹੈ 22 ਫਰਵਰੀ ਜੀ। ਅੱਜ ਆਪਣੇ ਪਿੰਡ ਦੇ ਵਿੱਚ ਨਗਰ ਕੀਰਤਨ ਵੀ ਹੋਣੇ ਆ, ਸ਼੍ਰੀ ਰਮਦਾਸ ਭਗਤ ਦੇ ਹੈ ਨਾ ਜਨਮ ਦਿਹਾੜੇ 'ਤੇ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਗਟ ਹੋਣੇ ਆ ਆਪਣੇ ਪਿੰਡ ਦੇ ਵਿੱਚ, ਅਤੇ ਅੱਜ ਨਗਰ ਕੀਰਤਨ ਆਉਣਗੇ। ਉਹਦੇ ਕਰਕੇ ਮੈਂ ਵਿਹੜਾ ਵੀ ਧੋ ਰਹੀ ਹਾਂ ਸਾਰਾ। ਪਹਿਲਾਂ ਆਪਣਾ ਖਾਣ ਪੀਣ ਦਾ ਰੋਟੀ ਟੁੱਕ ਦਾ ਨਿਬੜ ਗਿਆ, ਹੁਣ ਮੈਂ ਵਿਹੜਾ ਧੋਣ ਲੱਗੀ ਹਾਂ ਕਿਉਂਕਿ ਧੁੱਪ ਬਹੁਤ ਜ਼ਿਆਦਾ ਵਧੀਆ ਸੁੱਕ ਜੂ। ਆਪਣੇ ਗੇਟਾਂ ਅੱਗੇ ਜਿਹੜਾ ਹੈਗਾ ਪੜਾਅ ਹੁੰਦਾ ਆ ਅਤੇ ਲੰਗਰ ਵੀ ਹੁੰਦਾ ਆ। ਇੱਥੇ ਨਾਲ ਦੀ ਨਾਲ ਮੇਰੀ ਮਸ਼ੀਨ ਲਾਈ ਹੋਈ ਤੀ, ਕੱਪੜੇ ਵੀ ਧੋਤੇ ਜਾਣਗੇ। ਆਪਣੇ ਬਾਰਾਂ ਅੱਗੇ ਗੇਟਾਂ ਅੱਗੇ ਪੜਾਅ ਹੁੰਦਾ ਹੈ ਜੀ, ਅਤੇ ਆਪਣੇ ਘਰ ਸਾਰੇ ਸਾਡੇ ਆਸ ਗੁਆਂਢ ਵੱਲੋਂ ਭੈਣਾਂ ਭਾਈਆਂ ਵੱਲੋਂ ਰਲ ਮਿਲ ਕੇ ਹੈ ਨਾ ਲੰਗਰ ਵੀ ਤਿਆਰ ਕੀਤਾ ਜਾਂਦਾ ਸੰਗਤਾਂ ਨੂੰ, ਸੰਗਤਾਂ ਵਾਸਤੇ। ਇਸ ਵਾਰੀ ਆਪਣੇ ਚਾਹ ਸਮੋਸਿਆਂ ਦਾ ਲੰਗਰ ਤਿਆਰ ਕਰਨਾ ਆ। ਲਓ ਜੀ, ਇਹ ਹੈਗੀ ਥਾਈ ਜਾਣੀ ਕਿ ਧਰਮਸ਼ਾਲਾ, ਅਤੇ ਇੱਥੇ ਜਿਹੜੇ ਹੈਗੇ ਨਗਰ ਕੀਰਤਨ ਦੀਆਂ ਤਿਆਰੀਆਂ ਹੋ ਰਹੀਆਂ ਨੇ ਕਿਉਂਕਿ ਖੰਡ ਪਾਠ ਪ੍ਰਗਟ ਹੋਣੇ ਆ। ਪਹਿਲੇ ਦਿਨੀ ਆਪਣੇ ਜਿਹੜੇ ਪਿੰਡ ਦੇ ਵਿੱਚ ਨਗਰ ਕੀਰਤਨ ਹੁੰਦੇ ਆ, ਨਾਲ ਨਾਲ ਵਿਹੜਾ ਧੋਤਾ ਜੀ ਸਾਰਾ ਮੈਂ ਨਾਲ ਦੀ ਨਾਲ। ਜਿਹੜੇ ਹੈਗੇ ਸਾਰੇ ਕੱਪੜੇ ਵੀ ਧੋਤੇ ਗਏ ਆਪਣੇ, ਬਸ ਇਹ ਲਾਸਟ ਹੀ ਰਹਿੰਦੇ ਆ। ਫਿਰ ਹੁਣ ਸੁਕਾ ਵੀ ਦੇਵਾਂਗੇ, ਸੁੱਕਣੇ ਪਾ ਦਾਂਗੇ। ਫਿਰ ਜਿਹੜਾ ਹੈਗਾ ਨਹਾਉਣੇ ਆ, ਨਹਾ ਕੇ ਤਿਆਰ ਹੁੰਦੇ ਆ। ਸਾਰੇ ਕੰਮ ਜਿਹੜੇ ਹੈਗੇ ਨਿਬੜ ਗਏ, ਪਹਿਲਾਂ ਸਾਰੀਆਂ ਸਾਫ਼ ਸਫਾਈਆਂ ਕਰੀਆਂ ਨੇ, ਹੁਣ ਜਿਹੜੇ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਗਟ ਹੋ ਰਹੇ ਆ, ਉਸ ਤੋਂ ਬਾਅਦ ਤੁਰਨਗੇ ਆਪਣੇ ਤਾਂ 3 ਕੁ ਵਜੇ ਦੇ ਕਰੀਬ, 3:30 ਦੇ ਕਰੀਬ ਆਪਣੇ ਜਿਹੜਾ ਹੈਗਾ ਨਗਰ ਕੀਰਤਨ ਪਹੁੰਚਦਾ ਹੁੰਦਾ, ਅਤੇ ਉਦੋਂ ਨੂੰ ਆਪਾਂ ਸਾਰੇ ਵਿਹਲੇ ਹੋ ਜਾਂਗੇ। ਹੁਣ ਬਸ ਮੈਂ ਨਹਾਉਣੀ ਹੈਗੀ, ਪਹਿਲਾਂ 1-2 ਘਰ ਉਹਦੇ ਗਾਜਰਾਂ ਦੇਣੀਆਂ ਸੀ, ਗਾਜਰਾਂ ਮੰਗਾਈਆਂ ਸੀ ਜਿੱਥੋਂ। ਆਹ ਦੇਖੋ, ਇੱਕ ਤਾਂ ਮੈਂ ਪਾਤੀਆਂ ਲਫਾਫਿਆਂ ਦੇ ਵਿੱਚ, ਇਹ ਮੈਂ ਪਾ ਕੇ ਰੱਖਦੀ ਹਾਂ, ਜਿਨ੍ਹਾਂ ਦੇ ਦੇਣੀਆਂ ਨੇ ਉਹਨਾਂ ਨੂੰ ਪਹੁੰਚਾ ਦਾਂਗੇ। ਫਿਰ ਮੈਂ ਨਹਾਉਣੀ ਹੈਗੀ। ਲਓ ਜੀ, ਸਮੋਸੇ ਲੈ ਕੇ ਵੀ ਆ ਗਏ ਨੇ। ਕੱਲ੍ਹ ਦਾ ਆਪਣਾ ਆਰਡਰ ਦਿੱਤਾ ਹੋਇਆ ਸੀਗਾ, ਕੁਲਵਿੰਦਰ ਜੀ ਲੈਣ ਗਏ ਤੇ ਸਮੋਸੇ ਹੁਣ ਆ ਗਏ ਨੇ ਘਰੇ। ਲਓ ਜੀ, ਸਮੋਸੇ ਆ ਗਏ ਆਪਣੇ, ਬਸ ਇਹ ਖੋਲਣ ਲੋਕ ਲਾਉਣ ਨੂੰ ਕੀ ਹੁਣ ਘਰੇ ਤਾਂ ਗਿਆ। ਕਿੰਨੇ ਲਿਆਂਦੇ ਸਮੋਸੇ? ਸਮੋਸਾ ਲਿਆਂਦਾ ਆਪਾਂ ਨੇ 1400, ਪਿਛਲੇ ਸਾਲ ਵੀ 1400 ਲਿਆਂਦਾ ਸੀਗਾ, ਐਤਕੀ ਵੀ 1400, 100-200 ਬਚਦਾ। ਫਿਰ ਜਿਹੜੇ ਭਾਂਡੇ ਠੀਕਰ ਧੋ ਦਿੰਦੇ ਸਾਫ਼ ਸਫਾਈ ਕਰ ਦਿੰਦੇ, ਬਾਅਦ 'ਚ ਉਹਨਾਂ ਨੂੰ ਵੰਡ ਦਿੰਦੇ। ਹਾਂ, ਉਹ ਐਂ ਲੰਗਰ ਸਕਦੇ ਨਹੀਂ ਨਾ। 100-200 ਸਮੋਸੇ ਪਿੱਛੇ ਜੇ ਵੱਧ ਲਿਆਂਦਾ ਫਿਰ ਇਹ ਨਹੀਂ ਹੈਗਾ ਵੀ ਖੁੱਲ੍ਹਾ ਬਰਤਨ ਚੱਲੀ ਜੂਗਾ ਭੰਡਾਰਾ। ਚਲੋ ਵਧੀਆ, ਜੇ ਹੁਣ 100-200 ਘੱਟ ਲਿਆ ਫਿਰ ਹੱਥ 'ਚ ਤੰਗ ਰੱਖਣਾ ਪੈਂਦਾ। ਐਂ ਤਾਂ ਕਿ ਮੌਸਮ ਵੀ ਵਧੀਆ, ਇੰਨੀ ਗਰਮੀ ਜੀ ਨਹੀਂ ਆਈ। ਇੱਧਰ ਪਿਛਲੇ ਪਾ ਉਹਤੇ ਪੜਾਅ 'ਤੇ ਵੀ ਸਮੋਸੇ ਨੇ, ਇੱਧਰ ਪਕੌੜੇ ਚੱਲਦੇ ਨੇ, ਵਿਚਾਲੇ ਫੋਨ ਕਰਦੀ ਜਲੇਬੀਆਂ ਚੱਲਦੀਆਂ ਨੇ। ਠੀਕ ਹੈ, ਕਈ ਥਾਵਾਂ ਅਲੱਗ ਅਲੱਗ ਚੱਲਦਾ। ਚਾਹ ਤਾਂ ਬਣਨ ਵਾਲੀ ਹੋਊਗੀ ਜੀ, ਦਿਖਾਉਂਦੇ ਹਾਂ ਤੁਹਾਨੂੰ। ਪੈ ਰਹਿੰਦੇ ਬਾਹਰ ਕੱਢ ਕੇ ਫਿਰ ਕੱਢ ਲਾਂਗੇ ਟਾਈਮ 'ਤੇ। ਵਿਹੜਾ ਵੀ ਸਾਰਾ ਸੁੱਕ ਗਿਆ ਆਪਣਾ, ਧੋਤਾ ਸੀਗਾ। ਲਓ ਜੀ, ਹੁਣ ਨਗਰ ਕੀਰਤਨ ਆਪਣੇ ਪਹੁੰਚਣ ਵਾਲਾ ਹੀ ਆ, ਸਾਰੀਆਂ ਤਿਆਰੀਆਂ ਨੇ ਪੱਲੇ ਪੁੱਲੇ ਵਸਾ ਤੇ। ਅਸੀਂ ਸਾਰੇ ਜਾਣੇ ਇੱਥੇ ਬੈਠ ਕੇ ਚਾਹ ਪੀਂਦੇ ਅਤੇ ਗਰਮ ਗਰਮ ਸਮੋਸੇ ਖਾ ਰਹੇ ਹਾਂ, ਕਿਉਂਕਿ ਫਿਰ ਨਹੀਂ ਕਿਸੇ ਨੂੰ ਵੀ ਟਾਈਮ ਮਿਲਦਾ ਹੈਗਾ। ਫਿਰ ਅਸੀਂ ਸੇਵਾ ਕਰਾਂਗੇ, ਜਿਹੜੀ ਸੰਗਤ ਆਊਗੀ ਬਹੁਤ ਜ਼ਿਆਦਾ ਇਕੱਠ ਹੈਗਾ।
ਬਾਹਰ ਖੋਲ ਦਿੰਦੇ ਬੜਾ ਸਾਰਾ ਨਾ ਕੱਲ ਨੂੰ ਕਰਾਂਗੇ, ਅੱਜ ਦਾ ਪ੍ਰੋਗਰਾਮ ਹੈਗਾ ਹੀ ਆ। ਠੀਕ ਹੈ ਜੀ, ਚਾਹ ਪੀ ਲਓ ਤੁਮ ਕੌਰ ਵੀਰੇ। ਲਓ ਜੀ, ਇੱਥੇ ਅਸੀਂ ਟੇਬਲ ਲਾ ਲਿਆ ਪਾਣੀ ਵਾਸਤੇ, ਕਿਉਂਕਿ ਸਾਰੇ ਕਿਤੇ ਕਿਤੇ ਪਕੌੜਿਆਂ ਦਾ ਸਮੋਸਿਆਂ ਦੇ ਲੰਗਰ ਚੱਲ ਰਹੇ ਨੇ। ਪਾਣੀ ਦੀ ਬਹੁਤ ਜ਼ਿਆਦਾ ਪਿਆਸ ਲੱਗ ਰਹੀ ਹੈ। ਜਿਹੜੇ ਪਹਿਲਾਂ ਬੱਚੇ ਆ ਰਹੇ ਨੇ ਪਹਿਲਾਂ ਪਾਣੀ ਮੰਗ ਰਹੇ ਨੇ। ਆਪਣੇ ਹੈਗਾ ਚਾਹ ਸਮੋਸਿਆਂ ਦਾ ਲੰਗਰ, ਆਪਾਂ ਇੱਥੇ ਪਾਣੀ ਪਿਲਾਉਣੇ ਆ ਸਾਰਿਆਂ ਨੂੰ। ਸੰਗਤ ਜਿਹੜੀ ਹੈਗੀ ਪਹੁੰਚਣ ਲੱਗ ਗਈ ਜੀ। ਧੁੱਪ ਵੀ ਬਹੁਤ ਜ਼ਿਆਦਾ ਸੀਗੀ, ਉਹਦੇ ਕਰਕੇ ਪਿਆਸ ਵੀ ਲੱਗਦੀ ਹੈ। ਚਲੋ ਕੁਛ ਜਦੋਂ ਆਪਾਂ ਤਲਿਆ ਜਾਂ ਖਾਂਦੇ ਹਾਂ ਫਿਰ ਜ਼ਿਆਦਾ ਪਿਆਸ ਲੱਗਦੀ ਹੈ। ਅਤੇ ਬਸ ਸੰਗਤਾਂ ਪਹੁੰਚਣ ਲੱਗ ਗਈਆਂ, ਬਹੁਤ ਜ਼ਿਆਦਾ ਇਕੱਠ ਹੈ ਪਿੱਛੇ। ਬਸ ਆ ਰਹੇ ਨੇ ਬਾਬਾ ਜੀ, ਆਪਾਂ ਵੀ ਦਰਸ਼ਨ ਕਰਾਂਗੇ ਅਤੇ ਤੁਹਾਨੂੰ ਸਾਰਿਆਂ ਨੂੰ ਵੀ ਕਰਵਾਵਾਂਗੇ। ਲਓ ਜੀ, ਆ ਗਿਆ ਨਗਰ ਕੀਰਤਨ, ਅਸੀਂ ਸਾਰੇ ਜਾਣੇ ਬਸ ਪਹਿਲਾਂ ਮੱਥਾ ਟੇਕਾਂਗੇ, ਫਿਰ ਆਪਾਂ ਸੇਵਾ ਵੀ ਕਰਨੀ ਹੈ। ਲਓ ਜੀ, ਬਾਬਾ ਜੀ ਪਹੁੰਚ ਗਿਆ। ਪਹਿਲਾਂ ਦੇਖੋ ਮੂਹਰੇ ਪਾਣੀ ਦੀ ਪਾਣੀ ਸਿੜਕ ਰਹੇ ਨੇ, ਫਿਰ ਬੀਬੀਆਂ ਝਾੜੂ ਲਾ ਰਹੀਆਂ ਨੇ। ਬਹੁਤ ਸੇਵਾ ਕਰ ਰਹੀ ਹੈ ਸੰਗਤ ਧੰਨ ਮਨ ਧੰਨ ਦੇ ਨਾਲ। ਅਤੇ ਫਿਰ ਨਾਲ ਜਿਹੜਾ ਹੈਗਾ ਫੌਜੀ ਬੈਂਡ, ਨਾਲ ਦੀ ਨਾਲ ਆਪਣਾ ਲੰਗਰ ਵੀ ਚੱਲ ਰਿਹਾ। ਲੰਗਰ ਦੀ ਸੇਵਾ ਸਾਰੇ ਸੇਵਾਦਾਰ ਕਰ ਰਹੇ ਨੇ। ਬਾਬਾ ਜੀ ਜਿਹੜਾ ਹੈਗਾ ਬਹੁਤ ਵਧੀਆ ਕੀਰਤਨ ਵੀ ਕਰ ਰਹੇ ਨੇ। ਜਦੋਂ ਨਗਰ ਕੀਰਤਨ ਰਸਤੇ ਦੇ ਵਿੱਚ ਹੁੰਦਾ ਹੈ ਨਾ, ਨਾਲ ਦੀ ਨਾਲ ਕੀਰਤਨ ਚੱਲਦਾ ਆ, ਫਿਰ ਇੱਥੇ ਕਵੀਸਰ ਵੀ ਲੱਗਣਗੇ, ਉਹ ਵੀ ਸੁਣਾਵਾਂਗੇ ਤੁਹਾਨੂੰ। ਹਾਂ 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 ਹਾਂ
ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਪਤਾ ਹੀ ਹੈ, ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ ਅਵਤਾਰ ਦਿਹਾੜਿਆਂ ਨੂੰ ਮੁੱਖ ਰੱਖਦੇ ਹੋਏ ਆ ਗੁਰਦੁਆਰਾ ਨਹੀਂ ਪਹੁੰਚ ਸਕਦੇ, ਨਹੀਂ ਕਰ ਸਕਦੇ। ਸਤਿਗੁਰੂ ਦੀ ਕਿਰਪਾ ਹੋਈ ਹੈ, ਸਮੋਸੇ ਚੱਕ ਲਿਆ ਜੀ ਜੇ ਕੋ ਮੰਗੇ ਜੇ ਕੋ ਮੰਗੇ ਦਰਬਾਰ ਜੀ ਜੇ ਕੋ ਮੰਗੇ ਜੇ
ਨਗਰ ਵਾਸੀਆਂ ਦਾ, ਗ੍ਰਾਮ ਪੰਚਾਇਤ ਦਾ, ਪਿੰਡ ਬਾਸਾਪੁਰ ਜੀ ਦਾ ਅਤੇ ਸਮੁੱਚੀ ਕਮੇਟੀ ਪ੍ਰਬੰਧਕ ਕਮੇਟੀ ਤੋਂ ਫਗਵਾੜਾ ਸਾਹਿਬ ਜੀ ਹੈ, ਉਹਨਾਂ ਦਾ ਵੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਲਓ ਜੀ, ਅਸੀਂ ਅੱਗੇ ਪੜਾਅ ਤੇ ਆ ਗਏ ਸੀਗੇ ਕਿਉਂਕਿ ਘਰੇ ਤਾਂ ਸੁਣਨ ਦਾ ਟਾਈਮ ਹੀ ਨਹੀਂ ਮਿਲਿਆ ਹੈਗਾ। ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ। ਅਗਰ ਸਾਡੇ ਚੈਨਲ 'ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਜੀ।